ਭਗਵਾਨ ਜੀ ਤੁਹਾਨੂੰ ਆਪ ਤੈਨਰੀ ਰਖੜਿਆ ਗਿਆ ਪੈਰਸਾਂ ਚੋਂ ਬੰਦੇ ਆਏ ਇਹੋ ਤੇ ਆਪੇ ਪਾਰਲੀਮੈਂਟ ਚ ਦਾਰੂ ਪੀ ਕੇ ਵੜ ਗਿਆ ਜੀ ਪਤਾ ਤੁਹਾਨੂੰ ਜੀ ਸੰਸਦ ਚ ਦਾਰੂ ਤੇ ਪਰਚਾ ਹੋ ਗਿਆ ਸੀ ਇਹਦੇ ਤੇ ਦਰਖਾਸਤ ਦਰੁਖਸਤ ਦਿੱਤੀ ਗਈ ਸੀ ਸਾਰੇ ਹਸਣ ਲੱਗ ਗਏ ਕਹਿੰਦਾ ਚਲੋ ਉਸ ਤੋਂ ਬਾਅਦ ਮਾਫੀ ਮੁਫੀ ਮੰਗੀ ਵੀ ਕਹਿੰਦਾ ਗਲਤੀ ਹੋ ਗਈ ਨਹੀਂ ਪੀਤੀ ਜੇ ਉਹ ਗੱਲ ਵਿੱਚ ਹੀ ਰਹਿ ਗਈ ਉਹ ਤੇ ਹੁਣ ਲੋਕਾਂ ਨੂੰ ਆਏ ਚਲੋ ਭਗਵਾਨ ਜੀ ਬਹੁਤ ਵਧੀਆ ਬੰਦਾ ਮੈਂ ਐ ਨਹੀਂ ਕਹਿੰਦਾ ਵੀ ਮਾੜਾ ਬੰਦਾ ਹੈ ਫੈਸਲਾ ਬਾਲੀ ਜੱਦੀ ਲੈਂਦਾ ਪਤੰਦਰ ਤੇ ਫਿਰ ਵਾਪਸ ਵੀ ਲੈ ਲੈਂਦਾ ਰੈ ਕਰਨੀ ਚਾਹੀਦੀ ਹੈ ਮੰਤਰੀ ਮੰਡਲ ਨਾਲ ਉਹਨਾਂ ਦੇ ਵੀ ਨਾਲ ਰਲ ਕੇ ਫੇਰ ਹੀ ਮੁੱਖ ਮੰਤਰੀ ਬਣਿਆ ਨਾ ਯਾਰ ਇਕੱਲਾ ਥੋੜੀ ਬਣ ਗਿਆ ਆਮ ਆਦਮੀ ਪਾਰਟੀ ਦੇ ਕਿੰਨੇ ਤਕੜੇ ਤਕੜੇ ਜਿਹੜਾ ਰੂ ਨੇਤਾ ਜਿਹੜੇ ਇੱਜ਼ਤਦਾਰ ਸੀ ਉਹ ਨਾਲ ਆਏ ਆ ਫੇਰ ਹੀ ਸਰਕਾਰ ਬਣੀ ਆ ਨਾ ਇਹਨੇ ਇਕੱਲੇ ਨੇ ਥੋੜੀ ਜਿੱਤ ਗਿਆ ਆ ਗੱਲ ਹੈ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਆਪਾਂ ਆਸਵਿਧਾਨ ਕਰੀਏ ਆ ਕਰੀਏ ਹੁਣ ਤੁਸੀਂ ਫੈਸਲਾ ਤਾਂ ਦੇਤਾ ਪੈਲਸਾਂ 'ਚ ਠੀਕ ਹੈ ਦੂਜੀਆਂ ਚੀਜ਼ਾਂ ਤੇ ਕਿਉਂ ਨਹੀਂ ਦਿੱਤਾ ਫਿਰ ਜਿੱਥੇ ਡਿੱਗਦੇ ਫਿਰਦੇ ਲੋਕੀ ਡਿੱਗੇ ਪਏ ਐ ਉਹਨਾਂ ਨੂੰ ਘਰੇ ਛੱਡਣ ਦੀ ਜ਼ਿੰਮੇਵਾਰੀ ਵੀ ਲਵੇ ਨਾ ਬਾਰਲੇ ਮੁਲਕਾਂ ਚ ਪਤਾ ਕੀ ਹੁੰਦਾ ਜੇ ਕੋਈ ਡਰੰਕ ਹੋ ਵੀ ਗਿਆ ਉਹਨੂੰ ਪਰੇਸ਼ਾਨੀ ਦਾ ਸਬਬ ਸਮਝ ਕੇ ਵੀ ਇਹ ਡਰੰਕ ਹੋ ਗਿਆ ਆਊਟ ਆਫ ਤੇ ਉਹਨੂੰ ਇੱਕ ਵਾਰ ਦੋ ਵਾਰ ਤਿੰਨ ਵਾਰ ਉਹ ਮੌਕਾ ਦਿੰਦੇ ਚੌਥੀ ਵਾਰ ਫਿਰ ਉਹ ਸਾਰਾ ਕੁਝ ਬੰਦ ਕਰ ਦਿੰਦੇ ਹੁੱਕਾ ਪਾਣੀ ਉਹਨੂੰ ਘਰ ਤੱਕ ਵਾਜਿਬ ਇੱਜ਼ਤ ਨਾਲ ਛੱਡ ਕੇ ਹੁੰਦੇ ਮੂੰਹ ਲੁਕੋ ਕੇ ਕੋਈ ਇਹ ਨਹੀਂ ਵੀ ਲੋਕਾਂ ਨੂੰ ਦਿਖਾਉਂਦੇ ਆਏ ਉਹਦਾ ਵਿਚਾਰੇ ਦਾ ਮੈਂ ਕਹਿੰਦਾ ਲਾਲਾ ਦੇਖ ਲਓ ਉਹਦੀ ਕਿੰਨੀਆਂ ਫੂਕਾਂ ਮਰਾਈਆਂ 골ਡ ਕੀ ਤੇ 골ਡ ਡਿੱਗੀ ਤੇ ਮਰਾਈਆਂ ਪਤਾ ਨਹੀਂ ਕਿੱਥੇ ਪੈਲਸ ਪੁਲਿਸ ਚ ਮਰਾਈਆਂ ਉਹਦੀ ਵਿਚਾਰੇ ਦੀ ਉਹਦਾ ਲਾਲਾ ਹੀ ਸ਼ਰੀਫ ਸੀ ਜੀ ਜਾ ਕੇ ਉਹ ਫਹਾ ਲੈ ਲੈਂਦਾ ਫਿਰ ਪੁਲਿਸ ਜ਼ਿੰਮ ਸੋਚ ਲਓ ਮੈਂ ਐ ਮੈਂ ਜਾ ਕੇ ਫਿਰ ਤਾਂ ਮੈਂ ਤਾਂ ਮਾਰ ਹੀ ਜਾਣਾ ਸੀਗਾ ਯਾਰ ਮੇਰੀ ਇੱਜ਼ਤ ਕਿੰਨੀ ਖਰਾਬ ਹੋ ਗਈ ਇਹ ਗੱਲ ਕਹਿੰਦਾ ਜਿਆਦਾ ਲੰਬਾ ਹੋ ਜਾਂਦਾ ਪ੍ਰੋਗਰਾਮ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਜਾਂ ਤਾਂ ਸਾਰੇ ਕਿਤੇ ਬੰਦ ਕੀਤਾ ਜਾਵੇ ਤੇ ਜਾਂ ਫਿਰ ਸਾਰੇ ਕਿਤੇ ਚੈਕਿੰਗ ਲਾਈ ਜਾਵੇ ਇਹ ਥੋੜੀ ਤੁਸੀਂ ਪੈਲਸਾਂ ਦੇ ਬਾਹਰ ਖੜਾਤਾ ਤੁਸੀਂ ਚੌਕ ਚਰਸਤੀਆਂ ਤੇ ਚੈਕਿੰਗ ਕਰੋ ਆਪਦੀ ਹਾਂ ਚੌਕ ਚਰਸਤੀਆਂ ਤੇ ਚੈਕਿੰਗ ਕਰੋ ਕਈ ਰੇਗਲਾ ਨਹੀਂ ਭੂਖ ਪਾ ਕੇ ਮਾਰਦਾ ਨਹੀਂ ਭੂਖ ਮਾਰ ਸਕਦਾ ਉਹਦਾ ਤੁਹਾਨੂੰ ਬੜਾ ਹੋ ਗਿਆ ਜ਼ੋਰ ਲਵਾਈ ਜੰਨੇ ਉਹਨੂੰ ਚੱਕ ਕੇ ਉਹਦਾ ਮੈਡੀਕਲ ਟੈਸਟ ਕਰਾ ਲਓ ਆਪਾਂ ਹੀ ਕਹਿੰਨੇ ਆ ਵੀ ਚੱਲ ਯਾਰ ਮੈਡੀਕਲ ਰਿਪੋਰਟ ਹੋ ਜੂਗਾ ਉੱਥੇ ਪਤਾ ਲਾਜੂ ਕਿੰਨੇ ਪਰਸੈਂਟ ਦਾਰੂ ਪੀਤੀ ਐ ਹੈ ਅੱਛਾ ਲੁਮਾ ਜੀ ਇੱਕ ਬਿਆਨ ਆਇਆ ਤੁਸੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਪਿਸ਼ਾਬ ਨਾਲ ਟੈਸਟ ਹੋ ਜਾਣਾ ਪਿਸ਼ਾਬ ਇੰਨਾ ਕਿ ਸ਼ੀਸ਼ੀ ਚ ਪਾ ਕੇ ਉਹਦੇ ਨਾਲ ਟੈਸਟ ਹੋਏ ਨਾ ਕੋਈ ਖੂਨ ਨਹੀਂ ਕੱਢਣਾ ਬੰਦੇ ਦਾ ਸ਼ੀਸ਼ੀਆਂ ਨਾਲ ਰੱਖੋ ਪੁਲਿਸ ਵਾਲੀਆਂ ਜਿਪਸੀਆਂ ਚ ਇੱਕ ਜਗ੍ਹਾ ਸ਼ੀਸ਼ੀ ਫੜਾਈ ਜਾਓ ਜੇ ਤੇ ਸ਼ੱਕ ਜਿਹੜਾ ਨਹੀਂ ਫੋਕਾ ਪੱਕਾ ਮਾਰਦਾ ਉਹਨੂੰ ਕਹੋ ਹੋ ਵੀ ਸਾਈਡ ਤੇ ਹੋ ਕੇ ਤੇ ਲਿਆ ਸ਼ੀਸ਼ੀ ਭਰ ਕੇ ਤੇ ਉਹਨੂੰ ਭੇਜੀ ਜੋ ਰਿਪੋਰਟ ਚ ਨਾਲ ਦੀ ਨਾ ਬੰਦੇ ਦਾ ਆਈ ਕਾਰਡੂ ਕਰ ਸਾਰਾ ਲੈ ਲੋ ਕਿ ਤੜਕੇ ਦੇਖਾਂਗੇ ਫੂਕ ਮਾਰੋ ਜੀ ਫੂਕ ਮਾਰੋ ਉਹ ਚੰਗੀ ਤਰ੍ਹਾਂ ਮਾਰੋ ਲਾਲਾ ਹੀ ਚੰਗੀ ਤਰ੍ਹਾਂ ਮਾਰੋ ਉਹ ਜਿੰਨਾ ਜੋਰ ਆ ਵਿਚਾਰੇ ਦਾ ਖਾਦਾ ਪੀਤਾ ਉਹ ਜਿਆਦਾ ਜੋਰ ਵੀ ਨਹੀਂ ਲਾ ਸਕਦਾ ਸਮਝ ਗਏ ਜਿਆਦਾ ਜੋਰ ਕਿਵੇਂ ਲਾ ਦੇ ਉਹਨਾਂ ਦੇ ਟਿੱਕੀ ਡੋਸਾ ਖਾਦਾ ਵੇ ਅਗਲੇ ਨੇ ਉਹਦਾ ਜੋਰ ਲਵਾਈ ਜਾਂਦੀ ਪੁਲਿਸ ਜਿੱਥੇ ਲਾਉਣਾ ਪੁਲਿਸ ਜੋਰ ਉੱਥੇ ਲਾਉਂਦੀ ਨਹੀਂ ਹੋਰ ਪਾਸੇ ਜੋਰ ਲਵਾਈ ਜਾਂਦੀ ਹੈ ਜਿੰਨਾ ਜੋਰ ਸੀ ਅਗਲੇ ਨੇ ਹੁਣ ਲਾਤਾ ਉਹ ਬੰਦੇ ਦੀ ਮਾਨਹਾਨੀ ਦਾ ਦਾਵਾ ਕਰ ਸਕਦਾ ਬੰਦਾ ਉਹ ਸਰਕਾਰ ਤੇ ਪਤਾ ਕਿਉਂ ਸਪੋਜ਼ ਕਰੋ ਮੈਂ ਐ ਮੈਂ ਲਾਸਟ 22 ইয়ারਸ ਤੋਂ ਮਤਲਬ ਮੈਰਿਡ ਐ ਮੈਂ ਆਪਦੇ ਸੋਹਰਿਆਂ ਨੂੰ ਅੱਜ ਤੱਕ ਸੋਚ ਲੋ ਵੀ ਮੈਂ ਪੀਂਨਾ ਜਦੋਂ ਮੈਂ ਨਹੀਂ ਪੀਂਦਾ ਇੱਥੇ ਗਲਤ ਤਰਕ ਦੀ ਦੇਣ ਲੱਗਿਆ ਐ ਐਗਜ਼ੈਂਪਲ ਦੇਣ ਲੱਗਿਆ ਮੈਂ दारू ਪੀਂਨਾ ਮੈਂ 22 23 ਸਾਲ ਤੱਕ ਆਪਣੇ ਸੋਹਰਿਆਂ ਨੂੰ ਪਤਾ ਨਹੀਂ ਚੱਲਣ ਦਿੱਤਾ ਵੀ ਮੈਂ दारू ਪੀਂਨਾ ਤੇ ਜੇ ਉਹ ਪੈਲੈਸ ਤੋਂ ਮੈਂ ਨਿਕਲਿਆ ਹੁੰਦਾ ਕਿ ਜੇ ਮੇਰੇ ਮੂਹਰੇ ਇਹਨਾਂ ਨੇ ਪੈ ਪਾਤੀ ਮੇਰੇ ਸਹੁਰੇ 20 ਵਿਸ਼ਵ ਦੇ ਬ੍ਰਾਹਮਣ ਹੈ ਬ੍ਰਾਹਮਣਾਂ ਦੀ ਵੀ ਅੱਗੇ ਕਈ ਕਾਸਟ ਹੁੰਦੀਆਂ ਉਹ ਵੀਡੀਓ ਮੇਰੇ ਸਹੁਰਿਆਂ ਤੱਕ ਅਗਰ ਪਹੁੰਚਦੀ ਹੈ ਤੇ ਬਾਈ ਜੀ ਮੇਰਾ ਉੱਥੇ ਕੀ ਰਹਿ ਗਿਆ